ਜਿਹੜਾ ਕਮੈਂਟ ਵਿੱਚ ਲਿਖੇਗਾ ਹੀਰਾ ਪਨੀਰ ਵਾਲਾ ਜਿੰਦਾਬਾਦ, ਬ੍ਰਾਂਡਡ ਖੋਖਾ ਜਿੰਦਾਬਾਦ, ਉਹਨੂੰ ਚਾਪ ਬਿਲਕੁਲ ਫ੍ਰੀ। ਪਹਿਲਾ ਕੰਮ ਵੈਲੀਆਂ ਨੇ ਵੈਲ ਖੱਟਣੇ, ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ। ਸਤਿ ਸ਼੍ਰੀ ਅਕਾਲ ਭਾਜੀ। ਉਹ ਸਤਿ ਸ਼੍ਰੀ ਅਕਾਲ ਪਵਨ ਜੀ, ਕੀ ਹਾਲ ਜੀ? ਬਹੁਤ ਵਧੀਆ ਭਾਜੀ। ਪਹਿਲੀ ਗੱਲ ਮੈਨੂੰ ਐ ਦੱਸੋ, ਤੁਸੀਂ ਕਹਿੰਦੇ ਸੀ ਅੰਮ੍ਰਿਤਸਰੀਏ ਬੜੇ ਤੱਤੇ ਹੁੰਦੇ ਆ, ਤੁਹਾਨੂੰ ਤੱਤੇ ਬੋਲਦੇ ਆ। ਹਾਂਜੀ। ਅੱਜ ਕੱਲ ਤੇ ਤਰਨ ਤਾਰਨ ਦੇ ਵਿੱਚ ਬ੍ਰਾਂਡਡ ਖੋਖੇ ਵਾਲਾ ਨਾਂ ਤੇ ਬੜਾ ਕਹਿੰਦੇ ਬੰਦਾ ਬੜਾ ਤੱਤਾ ਹੋ ਰਿਹਾ। ਥਾਪੀ ਮਾਰੀ ਆਪਣੀ ਪਹਿਲੀ ਵੀਡੀਓ ਚ, ਠੀਕ ਆ ਜੀ? ਥਾਪੀ ਇੱਕ ਯੂਨੀਵਰਸਲ ਚੀਜ਼ ਆ। ਹਾਂਜੀ। ਕੋਈ ਛਾਤੀ ਤੇ ਮਾਰੀ ਜਾਂਦਾ, ਕੋਈ ਪੱਟ ਤੇ ਮਾਰੀ ਜਾਂਦਾ। ਹਾਂਜੀ। ਚੀਜ਼ ਦੀ ਬਾਰਿਸ਼ ਹੋ ਗਈ, ਚੀਜ਼ ਦੀ ਬਾਰਿਸ਼ ਹੋ ਗਈ, ਇੱਕ ਯੂਨੀਵਰਸਲ ਡਾਇਲੌਗ ਆ, ਜਿਹੜੇ ਵੀ ਯੂਜ਼ ਕਰਦੇ ਕਰ ਦਿੰਦੇ ਆ। ਹਾਂਜੀ। ਮੈਂ ਕਿਸੇ ਰੂੰ ਰਜਾਈ ਕੰਬਲ ਦਾ ਨਾਂ ਨਹੀਂ ਲਿਆ। ਹਾਂਜੀ। ਮੈਂ ਕਿਸੇ ਦੇ ਕੰਮ ਕਰਨ ਦੇ ਤਰੀਕੇ ਦਾ ਨਾਂ ਨਹੀਂ ਲਿਆ। ਹਾਂਜੀ। ਕਿਸੇ ਦੇ ਰੇਟ ਸਸਤੇ ਮਹਿੰਗੇ ਦਾ ਨਾਂ ਨਹੀਂ ਲਿਆ। ਹਾਂਜੀ। ਕਿਸੇ ਬ੍ਰਾਂਡ ਨੂੰ, ਕਿਸੇ ਬੰਦੇ ਨੂੰ ਹਾਈਲਾਈਟ ਨਹੀਂ ਕੀਤਾ, ਆਪਣੇ ਕੰਮ ਕਰਨ ਦੇ ਤਰੀਕੇ ਨੂੰ ਹਾਈਲਾਈਟ ਕੀਤਾ। ਪੰਜਾਬੀ ਭਰਾਓ, ਜੇ ਇੱਕ ਪੰਜਾਬੀ ਭਰਾ ਕੰਮ ਕਰਦੇ ਵੇ, ਤੁਸੀਂ ਕੰਮ ਕਰਦੇ ਪਏ ਹੋ ਨਾ? ਹਾਂਜੀ। ਤੁਹਾਡਾ ਕੰਮ ਠੀਕ ਹੈ ਨਾ? ਬਿਲਕੁਲ ਸਹੀ ਹੈ। ਉਹ ਵੀ ਬਾਈ ਦਾ ਕੰਮ ਬੜਾ ਠੀਕ ਹੈ। ਹਾਂਜੀ। ਜੇ ਤੁਸੀਂ ਆਪਸ ਵਿੱਚ ਰਲ ਮਿਲ ਕੇ ਕੰਮ ਕਰੋਗੇ, ਕੰਮ ਵਧੀਆ ਕਰੋਗੇ, ਪੰਜਾਬ ਦਾ ਨਾਂ ਵਧਾਉਣਾ ਚਾਹੀਦਾ ਕਿ ਘਟਾਉਣਾ ਚਾਹੀਦਾ? ਬਿਲਕੁਲ ਵਧਾਉਣਾ ਚਾਹੀਦਾ, ਸਰਦਾਰੀ ਦਾ ਨਾਮ ਵਧਾਉਣਾ ਚਾਹੀਦਾ। ਤੁਸੀਂ ਕਿਤੇ ਐਦ ਨਹੀਂ ਕਰਦੇ ਪਏ ਕਿ ਜੀ ਤੁਸੀਂ ਇਹ ਤਾਂ ਕਰਕੇ ਵੀਡੀਓ ਬਣਾ ਰਹੇ ਹੋ ਕਿ ਕੱਲ ਨੂੰ ਸਾਰਾ ਜਿੰਨਾ ਸੋਸ਼ਲ ਮੀਡੀਆ ਤੁਹਾਡੇ ਵੱਲ ਆ ਜਾਵੇ? ਸੋਸ਼ਲ ਮੀਡੀਆ ਭਾਜੀ ਇੱਕ ਵਾਰ ਆ ਜਾਊਗਾ। ਹਾਂਜੀ। 2 ਕਿਲੋਮੀਟਰ ਸ਼ਹਿਰ, 2 ਕਿਲੋਮੀਟਰ ਰੇਡੀਅਸ ਦਾ ਸ਼ਹਿਰ ਹੈ ਤਰਨਤਾਰਨ। ਹਾਂਜੀ। ਸੋਸ਼ਲ ਮੀਡੀਆ ਤੋਂ ਵੇਖ ਕੇ ਕਸਟਮਰ ਇੱਕ ਵਾਰ ਆ ਜਾਊਗਾ। ਹਾਂਜੀ। ਜਿਹਨੂੰ ਚੰਗੀ ਲੱਗੀ ਉਹਦੀ ਵਾਰੀ ਵੀ ਮਹੀਨੇ ਬਾਅਦ ਆਉਣੀ ਆ। ਹਾਂਜੀ। ਜਿਹਨੂੰ ਚੰਗੀ ਨਾ ਲੱਗੀ ਉਹਦੀ ਆਉਣੀ ਨਹੀਂ ਆ। ਹਾਂਜੀ। ਐਂਡ ਆਫ ਦਾ ਡੇ, ਐਂਡ ਆਫ ਦਾ ਮੰਥ ਮੈਂ ਤਰਨਤਾਰਨ ਦੀ 2 ਕਿਲੋਮੀਟਰ ਵਾਲੀ ਜਿਹੜੀ 2 ਕਿਲੋਮੀਟਰ ਦੇ ਰੇਡੀਅਸ ਵਾਲੀ ਜਿਹੜੀ ਮੇਰੀ ਆਬਾਦੀ ਆ ਉਹਦੇ ਤੇ ਡਿਪੈਂਡੈਂਟ ਰਹਿਣਾ ਵਾ। ਭਾਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ। ਤੁਸੀਂ ਮੇਰੇ ਭਰਾ ਜੇ, ਤੁਹਾਨੂੰ ਹੱਥ ਜੋੜਨ ਦੀ ਲੋੜ ਨਹੀਂ ਆ। ਤੁਸੀਂ ਤੇ ਗਗਨ ਦੋਨਾਂ ਦੇ ਵਲੌਗ ਤੋਂ ਮੈਂ ਵਾਇਰਲ ਹੋਇਆ, ਠੀਕ ਆ? ਰੱਬ ਕਿਸੇ ਨੇ ਵੇਖਿਆ ਨਹੀਂ, ਪਰ ਤੁਸੀਂ ਦੋਵੇਂ ਭਰਾ ਰੱਬ ਬਣ ਕੇ ਮੇਰੇ ਲਈ ਆਏ ਸੀ। ਤੁਸੀਂ ਮੈਨੂੰ ਹੱਥ ਨਹੀਂ ਜੋੜਨੇ, ਤੁਸੀਂ ਮੈਨੂੰ ਹੁਕਮ ਕਰਨਾ, ਦੱਸੋ ਕੀ ਕਰਨਾ। ਪਹਿਲੀ ਗੱਲ, ਉਹ ਵੀ ਬਾਈ ਆ, ਅੰਮ੍ਰਿਤਸਰ ਚ ਕੰਮ ਕਰਦਾ ਪਿਆ, ਮਿਹਨਤ ਕਰਦਾ ਪਿਆ। ਜੋ ਬਾਈ ਜੀ ਦਾ ਗਾਣਾ ਨਹੀਂ ਸੁਣਿਆ, ਦੁਨੀਆ ਕਮਾਤੀ 2 ਸਾਲਾਂ ਵਿੱਚ ਨਹੀਂ, ਤੁਸੀਂ 2 ਮਹੀਨਿਆਂ ਚ ਕਮਾ ਲਿਆ, ਤੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ। ਤੇ ਪਹਿਲੀ ਗੱਲ, ਦੂਜੀ ਗੱਲ, ਉਹ ਸਿੱਧੂ ਮੂਸੇਵਾਲੇ ਬਾਈ ਦਾ ਵੀ 11 ਜੂਨ ਦਾ ਬਰਥ ਹੈ, ਤੁਹਾਡਾ ਵੀ 11 ਜੂਨ ਦਾ ਬਰਥ ਹੈ, ਤੇ ਜਦੋਂ ਕਿਸੇ ਦੀ ਚੜ੍ਹਾਈ ਹੋ ਜਾਂਦੀ ਹੈ ਨਾ, ਤੇ ਸ਼ੁਕਰਾਨਾ ਕਰਨਾ ਚਾਹੀਦਾ। ਗੁੱਸਾ ਗਿਲਾ ਛੱਡੋ ਭਾਜੀ, ਅਸੀਂ ਮਿਹਨਤ ਕਰਨ ਵਾਲੇ ਆ ਤੇ ਕੰਮ ਕਰਨ ਵਾਲੇ ਬੰਦੇ ਹੋ, ਤੇ ਅਸੀਂ ਇਹੀ ਕਹਿੰਦੇ ਆ। ਠੀਕ ਹੈ, ਆਪਾਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ, ਆਪਾਂ ਕੰਮ ਕਰਾਂਗੇ। ਅੱਜ ਤੋਂ ਬਾਅਦ ਜੇ ਕੋਈ ਸਾਨੂੰ ਕੋਈ ਬੈਡ ਕਮੈਂਟ ਕਰਦਾ ਵੀ ਆ ਜਾਂ ਸਾਨੂੰ ਕੋਈ ਹਾਈਲਾਈਟ ਕਰਦਾ ਵੀ ਆ, ਆਪਾਂ ਉਹਦੇ ਤੇ ਰਿਐਕਟ ਨਹੀਂ ਕਰਾਂਗੇ। ਤੇ ਆਪਾਂ ਤੁਹਾਨੂੰ ਅੱਜ ਜਿਹੜੀਆਂ ਆਪਣੀ ਚਾਂਪ, ਜਿਹੜੀ ਆਪਣੀ ਤੰਦੂਰੀ ਚਾਂਪ ਸਨੈਕਸ ਵਾਲੀ ਹਾਈਲਾਈਟ ਹੋਣ ਤੋਂ ਬਾਅਦ ਜਿਹੜੀਆਂ ਬਾਕੀ ਆਈਟਮਾਂ ਆਪਾਂ ਲਾਂਚ ਕੀਤੀਆਂ, ਤੁਹਾਨੂੰ ਉਹ ਟੇਸਟ ਕਰਾਉਂਦੇ ਆ। ਰੋਗਨ ਜੋਸ਼ ਚਾਂਪ ਟੇਸਟ ਕਰਾਉਂਦੇ ਆ, ਤੇ ਜਿੰਨੀਆਂ ਆਪਾਂ ਆਈਟਮ ਲਾਂਚ ਕੀਤੀਆਂ ਉਹਨਾਂ ਸਾਰਿਆਂ ਦਾ ਇੱਕ ਇੱਕ ਪੀਸ ਦਾ ਪਲੇਟਰ ਤੁਹਾਨੂੰ ਖਵਾਉਂਦੇ ਆ। ਆ ਦਾਲ ਬੇਸਨ ਤੇ ਸੋਇਆ ਦੀ ਬਣੀ ਹੋਈ ਵੈਜੀਟੇਰੀਅਨ ਫਿਸ਼। ਨਾਨ ਵੈਜ ਆਪਾਂ ਸਾਰੇ ਬੰਦ ਕਰਤਾ, ਚਾਂਪਾਂ ਵਾਇਰਲ ਹੋਣ ਤੋਂ ਬਾਅਦ ਨਾਨ ਵੈਜ ਡਿਸਕੰਟੀਨਿਊ ਕਰਤਾ। ਖੋਖਾ 100% ਪਿਓਰ ਵੈਜੀਟੇਰੀਅਨ ਆ। ਦਾਲ ਬੇਸਨ ਤੇ ਸੋਇਆ ਦੀ ਬਣੀ ਹੋਈ ਵੈਜ ਫਿਸ਼, ਪਨੀਰ ਟਿੱਕਾ, ਬਰੋਕਲੀ ਟਿੱਕਾ, ਵੈਜ ਸੀਖ ਕਬਾਬ ਤੰਦੂਰੀ, ਤੇ ਆਹ ਜਿਹੜੀਆਂ ਚਾਂਪਾਂ ਜਿਨ੍ਹਾਂ ਤੋਂ ਆਪਾਂ ਹਾਈਲਾਈਟ ਹੋਏ ਸੀਗੇ, ਇਹ ਸਾਰੀਆਂ ਚਾਂਪਾਂ। ਤੇ ਇਹਦਾ ਹੁਣ ਆਪਾਂ ਤੁਹਾਨੂੰ ਸਾਰਿਆਂ ਦਾ ਪਲੇਟਰ ਪਲੱਸ ਰੋਗਨ ਜੋਸ਼ ਨਾਲ ਆਪਾਂ ਰੋਟੀ ਖਵਾਉਂਦੇ ਹਾਂ। ਤੁਸੀਂ ਲੁਧਿਆਣੇ ਤੋਂ ਆ ਰਹੇ ਸੀ, ਸਪੈਸ਼ਲ ਸਾਡੇ ਕੋਲ ਰੁਕੇ ਹੋ, ਰਾਤ ਦਾ ਟਾਈਮ ਆ, ਤੁਸੀਂ ਪ੍ਰਸ਼ਾਦਾ ਛੱਕ ਕੇ ਜਾਣਾ, ਤੇ ਅੱਜ ਤੋਂ ਬਾਅਦ ਆਪਾਂ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਭਾਜੀ ਇੱਕ ਗੱਲ ਸੁਣੋ, ਅਸੀਂ ਤੁਹਾਡੇ ਕੋਲ ਆਏ ਸੀ, ਵੀਡੀਓ ਤੁਹਾਡੀ ਵਾਇਰਲ ਹੋਈ ਆ, ਚਿਕਨ ਵੇਚਦੇ ਸੀ, ਹੁਣ ਚਿਕਨ ਵੇਚਣਾ ਬੰਦ ਕਰਤਾ ਤੂੰ। ਹਾਂਜੀ। ਤੁਸੀਂ ਕਹਿੰਦੇ ਹੋ ਜੀਵ ਹੱਤਿਆ ਬੰਦ ਕਰਤੀ ਆ। ਹਾਂਜੀ। ਤੇ ਇਹੀ ਗੱਲ ਹੈਗੀ ਆ, ਅਸੀਂ ਕੋਈ ਵੀ ਕੰਮ ਕਰੀਏ ਤੇ ਮਨੁੱਖਤਾ ਦੀ ਸੇਵਾ ਵਾਸਤੇ ਕਰੀਏ, ਕੋਈ ਸਾਡੇ ਕੋਲ ਭਲਾ ਹੋਈਏ, ਕਿਸੇ ਦਾ ਮਾੜਾ ਨਾ ਹੋਵੇ। ਠੀਕ ਹੈ ਜੀ। ਮੈਂ ਇਸ ਵੀਡੀਓ ਦੇ ਥਰੂ ਆਪਣੀ ਆਡੀਅੰਸ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਦੋਂ ਮੈਂ ਚਾਂਪਾਂ 'ਚ ਵਾਇਰਲ ਹੋਇਆ ਸੀ ਤੇ ਮੈਂ ਚਿਕਨ ਵੀ ਵੇਚਦਾ ਸੀ, ਜਿਹਦੇ ਕਰਕੇ ਮੇਰੇ 100% ਜਿਹੜੇ ਵੈਜੀਟੇਰੀਅਨ ਕਸਟਮਰ ਸੀ ਜਾਂ ਅੰਮ੍ਰਿਤਧਾਰੀ ਕਸਟਮਰ ਸੀ ਉਹ ਵਾਪਸ ਮੁੜ ਜਾਂਦੇ ਸੀ। ਹੁਣ ਜਿਹੜਾ ਖੋਖਾ ਹੈ ਉਹ 100% ਪਿਓਰ ਵੈਜੀਟੇਰੀਅਨ ਹੈ। ਪਲੱਸ ਜਿਹੜਾ ਵੀ ਆਡੀਅੰਸ ਆਹ ਵੀਡੀਓ ਪਵਨ ਭਾਜੀ ਦੇ ਪੇਜ 'ਤੇ ਵੇਖ ਕੇ ਆਪਣੀ ਫੇਸਬੁੱਕ 'ਤੇ ਸ਼ੇਅਰ ਕਰਕੇ ਆਏਗਾ,
ਉਹਨੂੰ 50% ਡਿਸਕਾਊਂਟ ਹੈ ਇੱਕ ਆਈਟਮ 'ਤੇ। ਕੋਈ ਵੀ ਚਾਂਪ ਜਿਹੜੀ ਉਹ ਆਰਡਰ ਕਰਦਾ ਅਤੇ ਇਸ ਵਲੌਗ ਨੂੰ ਆਪਣੀ ਫੇਸਬੁੱਕ 'ਤੇ ਸ਼ੇਅਰ ਕਰਦਾ ਅਤੇ ਸ਼ੇਅਰ ਕੀਤੇ ਨੂੰ 24 ਘੰਟੇ ਹੋ ਚੁੱਕੇ ਹੋਣ ਅਤੇ ਉਹਨੂੰ 50% ਡਿਸਕਾਊਂਟ ਹੈ। ਔਫਰ ਹੋਰ ਹੈ ਜੀ, ਜਿਹੜਾ ਕਮੈਂਟ ਵਿੱਚ ਲਿਖੇਗਾ ਹੀਰਾ ਪਨੀਰ ਵਾਲਾ ਜਿੰਦਾਬਾਦ, ਬ੍ਰਾਂਡਡ ਖੋਖਾ ਜਿੰਦਾਬਾਦ, ਉਹਨੂੰ ਚਾਂਪ ਬਿਲਕੁਲ ਫ੍ਰੀ। ਵਾਹ ਬਈ ਵਾਹ, ਇਹ ਹੋਈ ਨਾ ਗੱਲ। ਅਸੀਂ ਪਵਨ ਭਾਜੀ ਜੀ ਬਾਈ, ਤੁਸੀਂ ਮਟਨ ਰੋਗ ਜੋ ਸੁਣਿਆ, ਹਾਂਜੀ, ਆਪਾਂ ਕੀ ਕੀਤਾ, ਬੱਕਰਾ ਕੱਢਤਾ, ਹਾਂਜੀ, ਚਾਂਪ ਪਾਤੀ, ਆਹ ਵੇਖੋ ਰੋਗਨ, ਤੇ ਇਹਦਾ ਜੋਸ਼ ਕਰੋ ਚੈੱਕ ਖਾ ਕੇ। ਆਹ ਤੁਹਾਨੂੰ ਜਿੰਨੀਆਂ ਵੀ ਕਾਊਂਟਰ ਤੇ ਆਈਟਮ ਵਿਖਾਈਆਂ ਸੀਗੀਆਂ ਸਾਰਿਆਂ ਦਾ ਪਲਾਟਰ ਬਣਾਤਾ, ਬਰੋਕਲੀ, ਰੈੱਡ ਯੈਲੋ ਗ੍ਰੀਨ ਸ਼ਿਮਲਾ ਮਿਰਚ, ਵੈਜ ਸੀਖ ਕਬਾਬ, ਚਾਂਪ, ਪਾਈਨਐਪਲ ਟਿੱਕਾ, ਪਨੀਰ, ਮਸ਼ਰੂਮ, ਸਾਰਾ ਕੁਝ ਚੈੱਕ ਕਰੋ। ਇੰਨੀਆਂ ਸਾਰੀਆਂ ਆਈਟਮਾਂ ਇੱਕੋ ਪਲੇਟਰ 'ਚ? ਹਾਂਜੀ, ਇਹ ਤਾਂ ਡੇਲੀ ਲਵਾਈਆਂ ਸੀਗੀਆਂ, ਇਹਦੇ ਮੈਨਿਊ 'ਚ ਨਹੀਂ ਸੀ ਹੈਗਾ, ਪਰ ਇਹ ਹੁਣ ਇਹਦਾ ਅੱਜ ਤੋਂ ਆਪਾਂ ਮੈਨਿਊ ਸਟਾਰਟ ਕਰ ਦੇਣਾ, 500 ਰੁਪਏ ਦਾ ਪਲੇਟਰ ਇਹ ਵਾਲਾ। ਹਾਂਜੀ, ਵਾਹ ਜੀ ਵਾਹ। ਤੇ ਆਪਣਾ ਭਾਜੀ ਜਿਹੜੀ ਤੁਸੀਂ ਚਾਂਪਾਂ ਕੀਤੀਆਂ ਸੀ, ਹਾਂਜੀ, ਮੁਗਲੇ ਆਜਮ, ਉਹ ਮੁਗਲੇ ਆਜਮ ਤੁਸੀਂ ਜਿਹੜੀ ਲਾਂਚ ਤੁਸੀਂ ਕਰਕੇ ਗਏ ਸੀਗੇ ਗਗਨ ਭਾਜੀ ਨਾਲ, ਉਸ ਤੋਂ ਬਾਅਦ ਇਹ ਹੁਣ ਰੋਗਨ ਜੋਸ਼ ਹੈ। ਇਹ ਰੋਗਨ ਜੋਸ਼ ਹੈ, ਵੈਜ ਮਟਨ ਹੈ? ਵੈਜ ਬੱਕਰਾ, ਖਾ ਕੇ ਦੇਖੋ, ਇਹ ਪੂਰਾ ਖਾ ਜਾਓ, ਇਹ ਖਾ ਜਾਣਾ ਤੁਸੀਂ, ਖਾ ਜਾਓ। ਇਹ ਵੇਖੋ ਜੀ, ਇਹ ਦੇਖੋ ਭਾਜੀ, ਇਹ ਵੈਜ ਹੈ, ਇਹ ਨਾਨ ਵੈਜ ਨਹੀਂ, ਵੈਜ ਹੈ। ਵਾਹ ਜੀ ਵਾਹ, ਜ਼ਬਰਦਸਤ ਭਾਜੀ, ਟੇਸਟ ਵੀ ਕਮਾਲ ਹੈ। ਇਹ ਭਾਜੀ ਉਹ ਚੀਜ਼ ਹੈ ਜਿਹੜੇ ਬੰਦੇ ਪਿਓਰ ਵੈਜੀਟੇਰੀਅਨ ਨੇ ਜਾਂ ਕੋਈ ਮੇਰੇ ਵਰਗੇ ਜਿਹੜੇ ਨਾਨ ਵੈਜ ਖਾਣਾ ਛੱਡ ਚੁੱਕੇ ਆ ਰਿਲੀਜੀਅਸ ਐਸਪੈਕਟ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ, ਤੇ ਉਹਨਾਂ ਨੇ ਆਪਣੇ ਨਾਨ ਵੈਜ ਦੇ ਕੀੜੇ ਸ਼ਾਂਤ ਕਰਨੇ ਆ, ਉਹਨਾਂ ਲਈ ਅਸੀਂ ਨਿਆਮਤ ਲਾਂਚ ਕੀਤੀ ਹੈ। ਭਾਈ ਉਹ ਵੀ ਖਾ ਸਕਦੇ ਆ ਜਿਹੜੇ ਨਾਨ ਵੈਜ ਵੀ ਖਾਂਦੇ, ਉਹ ਵੀ ਖਾ ਕੇ ਪੂਰਾ ਟੇਸਟ ਲੈ ਸਕਦੇ ਆ। ਬਿਲਕੁਲ ਬਿਲਕੁਲ ਭਾਜੀ, ਨਾਨ ਵੈਜੀਟੇਰੀਅਨ ਵੀ ਮੰਗਲ ਵੀਰਵਾਰ ਇਹੀ ਖਾ ਕੇ ਜਾਂਦੇ ਆ। ਤੇ ਭਾਜੀ ਜਲਦੀ ਜਲਦੀ ਆਪਣਾ ਐਡਰੈਸ ਵੀ ਦੱਸ ਦਿਓ। ਐਡਰੈਸ ਉਹ ਆਪਣਾ ਬ੍ਰਾਂਡਡ ਖੋਖਾ, ਬ੍ਰਾਂਡਡ ਖੋਖੇ ਦੇ ਸਾਹਮਣੇ ਰਿਲਾਇੰਸ ਸਮਾਰਟ ਦਾ ਸਟੋਰ ਆ। ਰਿਲਾਇੰਸ ਸਮਾਰਟ ਦੇ ਸਟੋਰ ਤੋਂ ਇੱਧਰ ਨੂੰ ਆਪਾਂ ਜਾਈਏ, ਤਰਨ ਤਾਰਨ ਸ਼ਹਿਰ ਆ, ਬੋੜੀ ਵਾਲਾ ਚੌਂਕ ਆ ਜੀ, ਉਧਰੋਂ ਆਪਾਂ ਇੱਧਰ ਆਈਏ, ਇਹ ਮਹਿੰਦਰਾ ਮਾਰਕੀਟ ਆ ਵੇਰਕਾ, ਵੇਰਕਾ ਬੂਥ ਵਾਲੀ, ਤੇ ਉਧਰ ਆਪਾਂ ਜਾਈਏ ਤੇ ਅੰਮ੍ਰਿਤਸਰ ਚਬਾਲ ਬਾਈਪਾਸ ਆ, ਜਿੱਧਰੋਂ ਆਪਾਂ ਬਾਬਾ ਨੌ ਸਿੰਘ ਜੀ ਦੀ ਸਮਾਧ ਵਾਲੇ ਪਾਸਿਓਂ ਅੰਮ੍ਰਿਤਸਰ ਤੋਂ ਤਰਨ ਤਾਰਨ ਆਉਂਦੇ ਆ, ਉਹ ਚਬਾਲ ਬਾਈਪਾਸ ਆ। ਆਹ ਆਪਣਾ ਬ੍ਰਾਂਡਡ ਖੋਖਾ ਜੀ ਰਿਲਾਇੰਸ ਦੇ ਸਾਹਮਣੇ, ਉਹ ਮਹਿੰਦਰਾ ਮਾਰਕੀਟ ਆ ਜੀ, ਵੇਰਕੇ ਵਾਲੀ ਮਾਰਕੀਟ, ਵੇਰਕੇ ਵਾਲੀ ਮਾਰਕੀਟ, ਮਹਿੰਦਰਾ ਮਾਰਕੀਟ ਦੇ ਬਿਲਕੁਲ ਸਾਹਮਣੇ ਰਿਲਾਇੰਸ ਸਟੋਰ ਦੇ ਬਾਹਰ। ਹਾਂਜੀ, ਪਹਿਲਾਂ ਉੱਥੇ ਬਹੁਤ ਲੜਾਈਆਂ ਹੁੰਦੀਆਂ ਹੁੰਦੀਆਂ ਸੀ, ਤੇ ਜਦੋਂ 2.5 ਸਾਲ ਪਹਿਲਾਂ ਆਪਾਂ ਬ੍ਰਾਂਡਡ ਖੋਖਾ ਖੋਲਿਆ ਸੀ, ਉਦੋਂ ਆਪਾਂ ਇੱਕ ਡਾਇਲੌਗ ਬੋਲਦੇ ਹੁੰਦੇ ਸੀਗੇ ਕਿ ਟਾਈਮ ਪਾਉਣ ਨੂੰ ਵੇਰਕਾ ਤੇ ਰੀਲਾਂ ਪਾਉਣ ਨੂੰ ਖੋਖਾ। ਵਾਹ, ਜਦ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ, ਨਵੇਂ ਜਾਇਕੇ ਦੇ ਨਾਲ।